सरकार ने तो कहते भी किसानों नूं रोकण दे लई मोहरे अज फौज लाती फौज हाँ कहते ने फौज लाती फौज सानूं की करूं साडी जवाक नूं भी साडा फौज कुछ नहीं करती सानूं कुछ नहीं कहती फौज फौज भी साडे जवाक ने मैं भी लड़के आ मेरा मुंडा भी जा रहा है मेरे भतीजे भी जा रहे ने असीं मां लै के आवां हक जाए कुछ हो जाए तो कदम मोदी कर रहे हूँ जवाखा तो करा रहा साडे तों कर नहीं रहा करा रहे हाँ साडा भी गल कोट रहा जवाखा का कोट रहा चौथा हिस्सा पेंसलों चो कटाता फौजियों का बहुत ज्यादा लड़े हैं जी बहुत ज्यादा हकों वाली लड़ांगे हूँ भी हकों वाली लड़ांगे जी हूँ भी लैके हटा हक जो सा हक ने लैके हटा चाहे कुछ मर्जी हो जाए हर साल भर का साढ़े को राशन है जिन्ना चर मोदी गोडे नहीं टेकता उन्ना चर असं पक्के मोर्चिया से बैठे हाँ ਮੈਨੂੰ ਲੱਗਦਾ ਵੀ ਗੋਡੇ ਟੇਕ ਦੂ ਮੋਦੀ ਸਰਕਾਰ ਟੇਕੂ ਜਿਵੇਂ ਨੇ ਟੇਕਣੇ ਪੈਣਗੇ ਕਿਸਾਨੀ ਸੰਘਰਸ਼ ਦੇ ਵਿੱਚ ਵੱਖੋ ਵੱਖਰੇ ਤਰੀਕੇ ਦੇ ਰੰਗ ਵੀ ਨਜ਼ਰ ਆ ਰਹੇ ਨੇ ਖੂਬਸੂਰਤੀ ਸੰਘਰਸ਼ਾਂ ਦੀ ਇਹੀ ਹੁੰਦੀ ਹੈ ਸਾਡੇ ਨਾਲ ਇੰਡੀਅਨ ਆਰਮੀ ਦੇ ਵਿੱਚ ਇਹਨਾਂ ਨੇ 17 ਸਾਲ ਸੇਵਾ ਨਿਭਾਈ ਅਤੇ ਹੁਣ ਕਿਸਾਨੀ ਹੱਕਾਂ ਦੇ ਲਈ ਇਸ ਧਰਨੇ 'ਚ ਮੌਜੂਦ ਨੇ ਸਤਿ ਸ਼੍ਰੀ ਅਕਾਲ ਬਾਬਾ ਜੀ ਸਤਿ ਸ਼੍ਰੀ ਅਕਾਲ ਜੀ ਕੀ ਨਾਂ ਕੀ ਤੁਹਾਡਾ ਕਿੱਥੋਂ ਨਾਂ ਵੀ ਦੱਸ ਦਿਓ ਕਿੱਥੋਂ ਆਏ ਹੋ ਵੀ ਪਿੰਡ ਗਦਰਿਆਣੀ ਹੈ ਸੰਗਰੂਰ ਜ਼ਿਲ੍ਹਾ ਸਾਡਾ ਨਾਂ ਕੀ ਦੱਸਿਆ ਜੀ ਲਹਿਰਾ ਗਾਗਾ ਦਰਸ਼ਨ ਸਿੰਘ ਬਾਈ ਜੀ ਤੁਸੀਂ ਭਾਰਤ ਦੇ ਲਈ 17 ਸਾਲ ਪੂਰੀ ਤਨਦੇਹੀ ਨਾਲ ਨੌਕਰੀ ਕੀਤੀ ਦੇਸ਼ ਦੀ ਸੇਵਾ ਕੀਤੀ ਸੇਵਾ ਕਰੀ ਆ ਜੀ ਸਰਹੱਦਾਂ ਤੇ ਲੜਦੇ ਰਹੇ ਹਾਂ ਘਰ ਦੀ ਪਰਵਾਹ ਨਹੀਂ ਕਿਤੇ ਕਰੀ ਪਰਿਵਾਰ ਦੀ ਪਰਵਾਹ ਨਹੀਂ ਕਰੀ ਫੁੱਲ ਲੜਦੇ ਰਹੇ ਹਾਂ ਹੁਣ ਕਿੱਥੇ ਡਿਊਟੀ ਕਿੱਥੇ ਕਿਤੇ ਸਰਹੱਦਾਂ ਤੇ ਰਹੀ ਤੁਹਾਡੀ ਹੋਰ ਸਰਹੱਦਾਂ ਤੇ ਰਹੀ ਹੈ ਸਾਰੇ ਸਰਹੱਦਾਂ ਤੇ ਫਾਇਰਿੰਗ ਫੁਰਿੰਗ ਦੇਖੀ ਤੁਸੀਂ ਵਾਧੂ ਕਰੀ ਹੈ ਦੇਖੀ ਕੀ ਹੈ ਬਹੁਤ ਜ਼ਿਆਦਾ ਲੜੇ ਹਾਂ ਜੀ ਬਹੁਤ ਜ਼ਿਆਦਾ ਹੱਕਾਂ ਵਾਲੀ ਲੜਾਂਗੇ ਹੁਣ ਵੀ ਹੱਕਾਂ ਵਾਲੀ ਲੜਾਂਗੇ ਸੀ ਹੁਣ ਵੀ ਲੈ ਕੇ ਹਟਾਂਗੇ ਹੱਕ ਜਿਹੜੇ ਸਾਡੇ ਹੱਕ ਨੇ ਲੈ ਕੇ ਹਟਾਂਗੇ ਚਾਹੇ ਕੁਛ ਮਰਜ਼ੀ ਹੋ ਜਾਏ ਹਾਂ ਸਾਰਾ ਕੁਛ ਲੈ ਕੇ ਹਟਾਂਗੇ ਚਾਹੇ ਕੁੰਨਾ ਮਹੀਨਾ ਬੈਠਣ ਵੇ ਦੋ ਬੈਠਣੇ ਵੇ ਚਾਰ ਬੈਠਣੇ ਵੇ ਬੈਠਾਂਗੇ ਰਾਸ਼ਨ ਅਸੀਂ ਲਿਆਇਆ ਦੋ ਦੋ ਤਿੰਨ ਚਾਰ ਚਾਰ ਮਹੀਨਿਆਂ ਦਾ ਰਾਸ਼ਨ ਸਾਡਾ ਮੰਗ ਫਿਰ ਹੋਰ ਆਈ ਜਾਊਗਾ ਅਸੀਂ ਰਾਸ਼ਨ ਨਹੀਂ ਮੁੱਕਣ ਦੇ ਜੋ ਮਰਜ਼ੀ ਹੋ ਜਾਏ ਕਿਵੇਂ ਕਿਵੇਂ ਕਾਨੂੰਨਾਂ ਨੂੰ ਦੇਖਦੇ ਕਿਵੇਂ ਹੋ ਕੀ ਲੱਗਦਾ ਕਿ ਕਾਨੂੰਨਾਂ ਦਾ ਸਾਰੀ ਧੋਖੇ ਹੋ ਰਹੇ ਨੇ ਜੀ ਸ਼ੁਰੂ ਤੋਂ ਲਾ ਕੇ ਧੋਖੇ ਹੋ ਰਹੇ ਨੇ ਕਿਵੇਂ ਸਾਨੂੰ ਰੇਟ ਨਹੀਂ ਮਿਲ ਰਿਹਾ ਸਾਨੂੰ ਕੋਈ ਚੀਜ਼ ਦਾ ਹੱਕ ਨਹੀਂ ਮਿਲ ਰਿਹਾ ਅਸੀਂ ਤਾਂ ਮੰਡੀਆਂ ਵੀ ਖੋਲੀਆਂ ਆਪ ਜਿਹੜੇ ਹੱਕ ਲਾਏ ਨੇ ਮਰਜ਼ੀ ਨਾਲ ਰੇਟ ਦੇਣਗੇ ਸਾਨੂੰ ਮਰਜ਼ੀ ਨਾਲ ਹੋਣਗੇ ਬਾਨੀ ਪੜਵਾਨੀ ਹੁਣ ਤਾਂ 2000 ਜੀਰੀ ਲੱਗਦੀ ਹੈ ਸਾਡੀ ਜਿਵੇਂ ਯੂਪੀ 'ਚ 1000-1200 ਸਾਨੂੰ ਜੀਰੀ ਲੱਗਦੀ ਨਹੀਂ ਸਾਡੀ ਐਂ ਲੱਗੂ ਫਿਰ ਐਂ ਚੱਕਣਗੇ ਅੱਛਾ ਫੌਜ ਦੀ ਵਰਦੀ ਅੱਜ ਪਾਈ ਹੈ ਜਾਂ ਸ਼ੁਰੂ ਪਹਿਲੇ ਦਿਨ ਤੋਂ ਹੀ ਰੱਖਦਾ ਮੈਂ ਤਾਂ ਮਹੀਨੇ ਬਾਅਦ ਮੈਨੂੰ ਤਾਂ ਸ਼ੌਂਕ ਹੈ ਹਾਂ ਕਿਤੇ ਪਾ ਲਈ ਕਿਤੇ ਕੱਢ ਲਈ ਕਿਤੇ ਪਾ ਲਈ ਕਿਤੇ ਕੱਢ ਲਈ ਹੁਣ ਮਤਲਬ ਤੁਹਾਡਾ ਮੁੰਡਾ ਵੀ ਫੌਜੀ ਹਾਂ ਉਹ ਹੁਣ ਬਾਗਿਆ ਰੁੜਕੀ ਹਾਂ ਪਹਿਲਾਂ ਇੱਥੇ ਦੀ ਆਪਣਾ ਜਿੱਥੇ ਜ਼ਿਆਦਾ ਨਹੀਂ ਫੈਲ ਜਾ ਅਤੇ ਕੀ ਇਹ ਜੰਮੂ ਕਸ਼ਮੀਰ 'ਚ ਹਾਂ ਹੁਣ ਗਾਹਾਂ ਵਾਗਿਆ 3 ਸਾਲ ਇੱਥੇ ਲੱਗ ਗਏ ਸਰਕਾਰ ਨੇ ਤਾਂ ਕਹਿੰਦੇ ਵੀ ਕਿਸਾਨਾਂ ਨੂੰ ਰੋਕਣ ਦੇ ਲਈ ਮੋਹਰੇ ਅੱਜ ਫੌਜ ਲਾਤੀ ਫੌਜ ਹਾਂ ਕਹਿੰਦੇ ਨੇ ਫੌਜ ਲਾਤੀ ਫੌਜ ਸਾਨੂੰ ਕੀ ਕਰੂੰ ਸਾਡੀ ਜਵਾਕ ਨੂੰ ਵੀ ਸਾਡਾ ਫੌਜ ਕੁਛ ਨਹੀਂ ਕਰਦੀ ਸਾਨੂੰ ਕੁਛ ਨਹੀਂ ਕਹਿੰਦੀ ਫੌਜ ਫੌਜ ਵੀ ਸਾਡੇ ਜਵਾਕ ਨੇ ਮੈਂ ਵੀ ਲੜਕੇ ਹਾਂ ਮੇਰਾ ਮੁੰਡਾ ਵੀ ਜਾ ਰਿਹਾ ਮੇਰੇ ਭਤੀਜੇ ਵੀ ਜਾ ਰਹੇ ਨੇ ਅਸੀਂ ਲੈ ਕੇ ਹਟਾਂ ਹੱਕ ਜਾਏ ਕੁਛ ਹੋ ਜਾਏ ਮਤਲਬ ਫੌਜ ਕਿਸਾਨਾਂ ਨੂੰ ਕੁਛ ਨਹੀਂ ਕਹਿੰਦੀ ਨਾ ਕੁਛ ਨਹੀਂ ਕਹਿੰਦੀ ਸਾਨੂੰ ਕੀ ਕਹੂਗੀ ਸਾਡੀ ਜਵਾਕ ਨੇ ਸਾਨੂੰ ਕੀ ਕਹੂਗੀ ਅਸੀਂ ਆਪਦੇ ਹੱਕ ਲੈਣੇ ਨੇ ਅਸੀਂ ਕਿਹੜਾ ਕਿਸੇ ਗਲਤ ਕੰਮ ਵਾਸਤੇ ਲੜਦੇ ਹਾਂ ਉਹ ਤਾਂ ਪੰਜਾਬ 'ਚ ਪਹਿਲਾਂ ਸ਼ਾਂਤਮਈ ਧਰਨਾ ਚੱਲਿਆ ਮੁੜ ਕੇ ਜਦੋਂ ਕਹਿੰਦੇ ਦਿੱਲੀ ਘਿਰਨ ਜਾਣਾ ਹੈ ਹਰਿਆਣੇ ਵਾਲੇ ਕਹਿੰਦੇ ਅਸੀਂ ਆਉਣ ਨਹੀਂ ਦਿੰਦੇ ਉੱਥੇ ਟਕਰਾਅ ਵਾਲੀਆਂ ਸਥਿਤੀਆਂ ਵੀ ਬਣੀਆਂ ਅਸੀਂ ਛੀ ਨਾਕੇ ਤੋੜ ਕੇ ਆਏ ਹਾਂ ਛੀ ਨਾਕੇ ਤੋੜ ਕੇ ਆਏ ਹਾਂ ਵੱਡੇ ਵੱਡੇ ਪੱਥਰ ਧਰੇ ਹੋਏ ਤੇ ਮੂਹਰੇ ਇੱਕ ਥਾਂ ਤੇ ਟਰਾਲਾ ਲਾਇਆ ਸੀ ਢੋਲੀਆਂ ਦਾ ਭਰ ਕੇ ਲਾਇਆ ਸੀ ਅਥਰੂ ਗੈਸ ਦੇ ਗੋਲੇ ਵੀ ਸੁੱਟੇ ਹੋਣਗੇ ਹਾਂ ਸੁੱਟੇ ਤੇ ਉਹ ਆਹਰੀ ਸੁੱਟੇ ਤੇ ਪਾਣੀ ਵੀ ਸੁੱਟੇ ਤੇ ਅਥਰੂ ਗੈਸ ਦੇ ਗੋਲੇ ਵੀ ਸੁੱਟੇ ਤੇ ਉਹ ਅਸੀਂ ਦੂਰ ਦੂਰ ਦੀ ਹੋ ਕੇ ਆਲਾ ਦਾ ਪੁਲਿਸ ਨੂੰ ਬਚਾ ਕੇ ਕਿਹੜਾ ਪਾ ਲਿਆ ਹਾਂ ਪਛਾੜਾਂ ਵੀ ਸੁੱਟੀਆਂ ਨੇ ਧੱਕਾ ਤਾਂ ਬਹੁਤ ਕਰਿਆ ਜੀ ਫਿਰ ਤੁਸੀਂ ਫਿਰ ਜੇ ਪੁਲਿਸ ਆ ਕੁਛ ਕਰ ਸਕਦੀ ਹੈ ਤੁਸੀਂ ਕਿਵੇਂ ਕਹਿੰਦੇ ਹੋ ਕਿ ਫੌਜ ਜਿਹੜੀ ਕਿਸਾਨਾਂ ਨੂੰ ਕੁਛ ਨਹੀਂ ਕਹਿੰਦੀ ਫੌਜ ਸਾਨੂੰ ਕੁਛ ਨਹੀਂ ਕਹਿੰਦੀ ਸਾਡੀ ਜਵਾਕ ਨੇ ਫੌਜ 'ਚੋਂ ਫੌਜ ਨਾਲ ਧੱਕਾ ਨਹੀਂ ਕਰਦੀ ਨਾ ਪੁਲਿਸ ਧੱਕਾ ਕਰੇ ਪੁਲਿਸ 'ਚ ਵੀ ਸਾਡੀ ਜਵਾਕ ਨੇ ਧੱਕਾ ਤਾਂ ਮੋਦੀ ਕਰ ਰਿਹਾ ਹੁਣ ਜਵਾਕਾਂ ਤੋਂ ਕਰਾ ਰਿਹਾ ਸਾਡੇ ਤੋਂ ਕਰ ਨਹੀਂ ਰਿਹਾ ਕਰਾ ਰਿਹਾ ਹਾਂ ਸਾਡਾ ਵੀ ਗਾ ਕੋਟ ਰਿਹਾ ਜਵਾਕਾਂ ਦਾ ਕੋਟ ਰਿਹਾ ਚੌਥਾ ਹਿੱਸਾ ਪਿਲਸਰਾਂ 'ਚੋਂ ਘਟਾਤਾ ਫੌਜੀਆਂ ਦਾ ਹਾਂਜੀ ਪਿਲਸਰਾਂ ਬੰਦ ਕਰ ਕਰਨ ਤੱਕ 4 ਦਿਨ ਹੋ ਗਏ ਨਾ 3-4 ਦਿਨ ਹੋ ਗਏ ਦਿੱਲੀ ਬੈਠਿਆਂ ਨੂੰ ਇੱਥੋਂ ਆਹ ਦੁਕਾਨਾਂ ਦਿੱਲੀ 'ਚ ਪੈਂਦੀਆਂ ਨੇ ਆਹ ਮੈਟਰੋ ਮੋਟਰ ਲੰਘਦੀ ਕਈ ਰਤਨਾਕਰ ਨੂੰ ਕਹਾਂ ਦਿਖਾਓ ਆਹ ਮੈਟਰੋ ਲੰਘ ਰਹੀ ਹੈ ਦਿੱਲੀ ਵਾਲੇ ਲੋਕ ਕੀ ਕਹਿੰਦੇ ਦਿੱਲੀ ਵਾਲੇ ਲੋਕਾਂ ਨਾਲ ਗੱਲ ਹੁੰਦੀ ਹੋਏਗੀ ਨਾ ਦਿੱਲੀ ਦੇ ਲੋਕਾਂ ਨਾਲ ਨਹੀਂ ਹਰਿਆਣੇ ਨਾਲ ਹੁੰਦੀ ਸਾਡੀ ਗੱਲ ਹਰਿਆਣੇ 'ਚ ਬੈਠਾ ਹਰਿਆਣਾ ਕਹਿੰਦੇ ਤੁਹਾਡੇ ਨਾਲ ਲੱਗਾਂਗੇ ਵੀ ਤੁਹਾਡੇ ਨਾਲ ਲੱਗਾਂਗੇ ਅਸੀਂ ਤੁਹਾਡੇ ਨਾਲ ਪੂਰੀ ਮਦਦ ਕਰਾਵਾਂਗੇ ਕਿਵੇਂ ਲੱਗਦਾ ਵੀ ਗੋਡੇ ਟੇਕ ਦੂ ਮੋਦੀ ਸਰਕਾਰ ਟੇਕੂ ਕਿਵੇਂ ਨੇ ਟੇਕਣੇ ਪੈਣਗੇ ਜਿੰਨਾ ਚਿਰ ਇਹ ਸੰਘਰਸ਼ ਉਹਨਾਂ ਚਿਰ ਚੱਲੂਗਾ ਜਦੋਂ ਨਾ ਜੀ ਅਸੀਂ ਉਹਨਾਂ ਚਿਰ ਅਸੀਂ ਹਲਦੀ ਨਹੀਂ ਜਾਣੇ ਚਲੋ ਟੇਕੇ ਉਹ ਗੋਡੇ ਟੇਕਦਾ ਨਹੀਂ
पूरे हो करके फिर हो कर हल लाँगे तो नज़र हल्दे नहीं गए असं ए कहने जी साल भर रहा साढ़े कोल राशन है जिन्ना चर मोदी गोडे नहीं टेकता उन्ना चर असं पक्के मोर्चिया से बैठे हाँ मोदी जो मर्जी कर रहे असं शांतमई धरने एवं जिम्मेदारी शांतमई धरने किसान कहते हैं कि साढ़े जारी रहने मुख मंग है कानूनों को रद्द कराने की कहते जो तक मंग जी मनी नहीं जाती उदों तक साडा संघर्ष जारी रहेगा नारा लाना चाहते हैं जरूर ₹10 का पैसा।